ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਅਸੀਂ ਜੁੜੇ ਹਾਂ ਛੋਟੇ ਨਾਲ ਟਿੱਕਰੀ ਬਾਰਡਰ ਤੋਂ ਜਿੱਥੇ ਕਿ ਕਿਸਾਨਾਂ ਦੇ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਗੱਲਬਾਤ ਵੀ ਹੋ ਰਹੀ ਹੈ ਪਰ ਇਹ ਕਿਸੇ ਮੁੱਦੇ ਤੋਂ ਲੈ ਕੇ ਇਹ ਰੁਕ ਗਿਆ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਗਿਆ ਹੈਗਾ ਸਾਨੂੰ ਉਹ ਪ੍ਰੋਪੋਜ਼ਲ ਭੇਜੋ ਜਿੱਥੇ ਜੈਸ ਜਾਂ ਨਾ ਹੋਵੇ ਉਸ ਤੋਂ ਬਗੈਰ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ ਪਰ ਉਸ ਤੋਂ ਬਾਅਦ ਮੀਟਿੰਗਾਂ ਦਾ ਸ਼ਿਲਸ਼ਿਲਾ ਕੁਝ ਸਮਾਂ ਹੋ ਗਿਆ ਰੁਕਿਆ ਪਿਆ ਹੈ ਅਤੇ ਜਿਹੜੇ ਮੰਤਰੀ ਹੈਗੇ ਉਹ ਕੁਝ ਹੋਰ ਹੀ ਬਿਆਨ ਦੇ ਰਹੇ ਹੈਗੇ ਵੀ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਹ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਸਿਆਸਤ ਤੋਂ ਪ੍ਰੇਰਿਤ ਹੈਗਾ ਇਸ ਵਾਰੀ ਆਪਾਂ ਗੱਲ ਕਰਾਂਗੇ ਵੀ ਇਹ ਸਿਆਸਤ ਤੋਂ ਪ੍ਰੇਰਿਤ ਹੈ ਕਿ ਕਿਸਾਨ ਜਥੇਬੰਦੀਆਂ ਆ ਸੱਸੀ ਕਾ ਜੀ ਪ੍ਰਚੋਦਨ ਸਿੰਘ ਗੱਲ ਭਾਰਤ ਕਿਸਾਨੀ ਨੂੰ ਲੱਖੋ ਦਾ ਸੂਬਾ ਅੰਮ੍ਰਿਤਪੁਰ ਦਾ ਹਾਂਜੀ ਕੀ ਕਹਿਣਾ ਚਾਹੂੰਗੇ ਜਿਹੜੇ ਪੁਸ਼ ਗੋਲ ਜੀ ਕਹਿ ਰਹੇ ਹੈਗੇ ਵੀ ਇਹ ਤਾਂ ਸਿਆਸਤ ਤੋਂ ਪ੍ਰੇਰਿਤ ਹੈਗੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਫਿਰ ਇੰਨਾ ਚਿਰ ਤੇ ਸਾਡੇ ਨਾਲ ਪੰਜ ਮੀਟਿੰਗਾਂ ਕੀਤੀਆਂ ਉਹ ਕਾਸ ਵਾਸਤੇ ਕੀਤੀਆਂ ਇਹਨਾਂ ਨੇ ਐਵੇਂ ਬਾਧੂ ਗੱਲਾਂ ਨੇ ਇਹ ਆਪਦੇ ਕੋਲੋਂ ਬਣਾ ਬਣਾ ਛੱਡੀ ਜਾਂਦੇ ਆ ਕਿਸਾਨਾਂ ਦਾ ਮੋਰਚਾ ਪਹਿਲਾਂ ਪੰਜਾਬ ਤੋਂ ਸ਼ੁਰੂ ਹੋ ਕੇ ਫਿਰ ਹਰਿਆਣਾ ਹੁਣ ਆਲ ਇੰਦੋ ਇੰਡੀਆ ਦਾ ਹੋ ਗਿਆ ਇਹ ਸਾਰਾ ਮੋਰਚਾ ਸਾਰੇ ਕਿਸਾਨ ਸਾਰੀਆਂ ਸੜਕਾਂ ਰੋਕ ਰਹੇ ਆ ਇਹਨਾਂ ਕੋਈ ਗੱਲਬਾਤ ਨਹੀਂ ਉਹ ਤਾਂ ਆਪਦੇ ਕੋਲੋਂ ਬਹਾਨੇ ਬਣਾਈ ਜਾਂਦੇ ਹੁਣ ਕਿਸਾਨ ਕਹਿੰਦੇ ਸਾਡੇ ਨਾਲ ਕਿਸਾਨ ਗੱਲਬਾਤ ਕਰ ਰਹੇ ਆ ਉਹ ਆਪਦੇ ਬਣਾਏ ਹੋਏ ਕਿਸਾਨ ਆ ਉਹਨਾਂ ਦੇ ਜਮਾ ਆਪਦੇ ਘਰ ਤੇ ਬੰਦੇ ਬਲਾ ਕੇ ਉਹਨਾਂ ਨੂੰ ਕਿਸਾਨ ਬਣਾ ਲਿਆ ਕੋਈ ਬਾਤ ਨਹੀਂ ਸਾਡੀਆਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਆਲ ਇੰਡੀਆ ਦੀਆਂ ਹੈਗੀਆਂ ਨੇ ਸੰਯੁਕਤ ਮੋਰਚਾ ਬਣਿਆ ਹੋਇਆ ਉਹ ਸਾਰੀ ਮੀਟਿੰਗ ਕਰਦੀਆਂ ਨੇ ਉਹ ਜੋ ਫੈਸਲਾ ਕਰਦੀਆਂ ਨੇ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਆ ਉਹਨਾਂ ਨਾਲ ਜੱਸ ਜਾਂ ਨੋ ਉਹਦੀ ਗੱਲ ਆ ਉਹੀ ਕਰਨੀ ਆ ਅਸੀਂ ਹੋਰ ਕੋਈ ਗੱਲ ਹੀ ਨਹੀਂ ਕਰਨੀ ਕੁਝ ਮਿੱਟ ਗਿਆ ਕਹਿ ਰਿਹਾ ਕਿ ਅਭੀ ਜਿਹੜੀਆਂ ਜਥੇਬੰਦੀਆਂ ਐ ਇਹ ਅਲੱਗ-ਅਲੱਗ ਆਪਣੇ ਮੋਰਚੇ ਲੜ ਰਹੀਆਂ ਅਲੱਗ-ਅਲੱਗ ਲੜ ਰਹੀਆਂ ਇਹ ਬਖਰੀਵਾ ਹੋ ਗਿਆ ਕੋਈ ਬਖਰੀਵਾ ਹੈਗਾ ਮੈਂ ਕੋਈ ਬਖਰੀਵਾ ਨਹੀਂ ਉਹ ਸਟੇਜਾਂ ਜਰੂਰ ਲੰਮਾ ਹੀ ਸਫ਼ਰ ਹੋ ਗਿਆ 20 25 ਕਿਲੋਮੀਟਰ ਦਾ ਉਥੇ ਦੋ ਨਾਲ ਆ ਡੋਡੀ ਲੱਗ ਜਾਂਦੇ ਆ ਸਟੇਜ ਉਹ ਸਾਰਾ ਇੱਕ ਆ ਸਾਡਾ ਇੱਕ ਆ ਬਿਲਕੁਲ ਇੱਕੇ ਨਾਲ ਚੱਲ ਰਹੇ ਆ ਉਹ ਸਟੇਜ ਨਾਲ ਜਾਦੇ ਹੋਣ ਕਰਕੇ ਐ ਲੱਗ ਜਾਂਦਾ ਵੀ ਉਹਨਾਂ ਨੂੰ ਪਰ ਸਾਡਾ ਇੱਕ ਆ ਵਾ ਸਾਰੀਆਂ ਰਾਤ ਨੂੰ ਸ਼ਾਮ ਨੂੰ ਤੇ ਸੁਬਾ ਮੀਟਿੰਗ ਕਰਦੀਆਂ ਜਿ세 ਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਸਭ ਇੱਕ ਅਪਰੋਚ ਤੇ ਚੱਲ ਰਹੀਆਂ ਨੇ ਕੋਈ ਗੱਲਬਾਤ ਨਹੀਂ ਇਹ ਤਾਂ ਐਵੇਂ ਇਹ মিডিਆ ਬਣਾ ਰਿਹਾ ਉਹਨਾਂ ਦਾ ਜਿਹੜਾ ਮੋਦੀ মিডিਆ ਉਹ ਕਰ ਰਿਹਾ ਹੋਰ ਕੋਈ ਬਾਤ ਹੀ ਨਹੀਂ ਹੈਗੀ ਅਸੀਂ ਚੱਲਦੇ ਨਹੀਂ ਸੋਡਾ ਕੀ ਕਹਿਣਗਾ ਜਿਹੜਾ ਵੀ ਪਿਊਸ ਗੋਲ ਜੀ ਹੁਣ ਇਹ ਬਿਆਨ ਦੇ ਰਿਹਾ ਛੋਡੇ ਨਾਲ ਮੀਟਿੰਗਾਂ ਵੀ ਉਹਨਾਂ ਨੇ ਕੀਤੀਆਂ ਪਰ ਹੁਣ ਬਿਆਨ ਦੇ ਰਿਹਾ ਕਹਿੰਦੇ ਇਹ ਤਾਂ ਸਿਆਸਤ ਤੋਂ ਪਰੇ ਤੱਕ ਜਿਹੜੇ ਕਿਸਾਨ ਬੈਠੇਗੇ ਮੇਰਾ ਨਾਮ ਪ੍ਰਗਟ ਸਿੰਘ ਸਕਤਰ ਪੰਜਾਬ ਭਾਰਤੀ ਕਿਸਾਨੀ ਵਾਲੇ ਜਿਲ੍ਹਾ ਫਰੋਇਪੁਰ ਜੀ ਜਿਹੜਾ ਪਿਊਸ ਗੋਲ ਆ ਜੀ ਇਹ ਕੋਈ ਇਹਦਾ ਕਰਦਾਰ ਪਿੱਛੇ ਵੀ ਵੇਖਿਆ ਜੀ ਜਿੰਨੀਆਂ ਮੀਟਿੰਗਾਂ ਸਾਡੇ ਆਗੂ ਗਏ ਆ ਜੀ ਇਹ ਇਹਦਾ ਬਲੱਡ ਥੋੜਾ ਜਿਹਾ ਗਰਮ ਹੈ ਜੀ ਕਿਉਂਕਿ ਮੈਂ ਸਮਝਣਾ ਵੀ ਇਹ ਗਰਮੋ ਕੇ ਕਿਸਾਨਾਂ ਨੂੰ ਦਿਖਾਉਂਦਾ ਜਿਹੋ ਜਿਹੇ ਬੇਹਉਦਾ ਬੇਵਾਹਸ਼ਾਤ ਬਿਆਨ ਦਿੰਦਾ ਇਹ ਬੰਦਾ ਜੇ ਡੈਮੋਕ੍ਰੇਸੀ ਜਿਹਾ ਹੀ ਭਰੋਸਾ ਰੱਖਦੇ ਸਾਡੇ ਨਾਲ ਟੇਬਲ ਤੇ ਕਿਉਂ ਬੈਠੇ ਟੇਬਲ ਤੇ ਕਿਉਂ ਬੈਠ ਕੇ ਗੱਲ ਕੀਤੀ ਕਦੀ ਇਹ ਕਹਿੰਦੇ ਜੀ ਇਹ ਪਾਕਿਸਤਾਨ ਚైనా ਦੀ ਸ਼ਰਾਰਤ ਹੈ ਕਦੀ ਇਹ ਸਰਕਾਰ ਨੂੰ ਕੋ ਰਾਹ ਨਹੀਂ ਲੱਭ ਰਿਹਾ ਕਿਉਂਕਿ ਬੇਹੂਦਾ ਬਿਆਨ ਦਿੱਤੀ ਜਾਂਦੇ ਇਹਨਾਂ ਦੇ ਬੇਲਗਾਮ ਮੰਤਰੀ ਜਿਹੜੇ ਆ ਔਰ ਜੇ ਅਸੀਂ ਕਦੀ ਆਖ ਦਿੰਦੇ ਜੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਇਹਨਾਂ ਦੇ ਸਾਡੇ ਨਾਲ ਗੱਲ ਕਰਦੀਆਂ ਮੈਂ ਪਹਿਲਾਂ ਵੀ ਕਿਹਾ ਇੱਕ ਵੀ ਜਥੇਬੰਦੀ ਸਾਫਤ ਕਰਦੇ ਜਿੱਦਨ ਦਾ ਹੀ ਮੋਦੀ ਗਵਰਨਮੈਂਟ ਨੇ 5 ਜੂਨ ਤੋਂ ਲੈ ਕੇ ਆਰਡੀਨੈਂਸ ਜਾਰੀ ਕੀਤੇ ਤੇ ਇਹਨਾਂ ਦੇ ਖਿਲਾਫ ਅਸੀਂ ਜੰਗ ਦਾ ਮੈਦਾਨ ਸ਼ੁਰੂ ਕੀਤਾ ਐਜੀਟੇਸ਼ ਇੱਕ ਵੀ ਉਹ ਜਥੇਬੰਦੀ ਦਾ ਆਗੂ ਸਾਡੇ ਨਾਲ ਟਰੈਕ ਤੇ ਬੈਠਾ ਹੋਵੇ ਪਲਾਜ਼ਿਆਂ ਤੇ ਬੈਠਾ ਹੋਵੇ ਕਿਸੇ ਵੱਡੇ ਅंदोलਨ ਦੀ ਕਾਨਫਰੰਸ 'ਚ ਰੈਲੀ 'ਚ ਗਿਆ ਹੋਵੇ ਬਿਲਕੁਲ ਇਹ ਆਪ ਦੇ ਫਰਜੀ ਵੜਾ ਜਿਹੜਾ ਬਣਾ ਲਿਆ ਇਹਨਾਂ ਨੇ ਇਹ ਗੋਦੀ মিডিਆ ਜਿਹੜਾ ਉਹਨੂੰ ਪ੍ਰਮੋਟ ਕਰਕੇ ਉਸ ਬੰਦਿਆਂ ਨੂੰ ਅੱਗੇ ਵਿਖਾ ਦਿੰਦੇ ਜੀ ਕਿਸਾਨਾਂ ਨਾਲ ਸਾਡੀ ਮੀਟਿੰਗ ਹੋ ਗਈ ਕਿਹੜੇ ਕਿਸਾਨ ਕਿਸਾਨ ਤਾਂ ਸਾਰੇ ਚਾਰਸੁਫੇਰਾ ਦਿੱਲੀ ਦਾ ਘੇਰ ਕੇ ਬੈਠੇ ਆ ਕਿਹੜਾ ਕਿਸਾਨ ਆ ਜੀ ਇੱਕ ਵਾਰ ਸੇ ਤੁਹਾਡੇ ਨਾਲ ਮੀਟਿੰਗਾਂ ਕਰ ਰਹੇ ਹੈਗੇ ਇਹ ਵੀ ਮੰਨ ਰਹੇ ਵੀ ਜਿਹੜੇ ਇਹ ਵਿੱਚੋਂ ਕੋਈ ਗਲਤ ਹੈ ਅਸੀਂ ਉਹਨਾਂ ਨੂੰ ਚੇਂਜ ਕਰ ਦਿੰਦੇ ਆਂਗੇ ਦੂਜੇ ਪਾਸੇ ਬਿਆਨ ਇਸ ਤਰ੍ਹਾਂ ਦੇ ਦਿੰਦੇ ਜੀ ਇਹ ਬਿਲਕੁਲ ਜੀ ਅਸੀਂ ਇੱਕ ਇੱਕ ਅੱਖਰ ਤੇ ਆਰਡੀਨੈਂਸ ਜਿਹੜੇ ਇਹਨਾਂ ਜਾਰੀ ਕਰਕੇ ਕਾਨੂੰਨ ਬਣਾਇਆ ਇੱਕ ਇੱਕ ਅੱਖਰ ਤੇ ਡਿਬੇਟ ਹੋਈ ਏ ਔਰ ਇਹਨਾਂ ਨੇ تسلیم ਕੀਤਾ ਜੀ ਮੂੰਹ ਆਪਣੇ ਮੰਗੇ ਮੰਨੇ ਆ ਵੀ ਜਿਹੜਾ ਇਹ ਕਾਨੂੰਨ ਬਣਿਆ ਇਹਦੇ ਚ ਬਹੁਤ ਵੱਡੀਆਂ ਖਾਮੀਆਂ ਨੇ ਔਰ ਇਹ ਅਸੀਂ ਵਪਾਰੀਆਂ ਵਾਸਤੇ ਬਣਾਇਆ ਉਹ ਮੰਨ ਕੇ ਗੱਲ ਉਸੇ ਮੂੰਹ ਨਾਲ ਮੰਨ ਕੇ ਹੁਣ ਕਹਿੰਦੇ ਜੀ ਅਸੀਂ ਫੇਰ ਉਹਦੇ ਮੁੱਦਿਆਂ ਤੇ ਕਰਾਂਗੇ ਸੰਸ਼ੋਧਨ ਕਰਨਾ ਚਾਹੁੰਨੇ ਕਿਹੜਾ ਸੰਸ਼ੋਧਨ ਕਰਨਾ ਚਾਹੁੰਨੇ ਮੈਂ ਮਿਸਾਲ ਦੇਣਾ ਦਰਖਤ ਨੂੰ ਉੱਤੋਂ ਵੜ ਦਈਏ ਉਹ ਸਾਲ ਬਾਅਦ ਫੇਰ ਫਟ ਕੇ ਹੋ ਜਾਂਦਾ ਉਹ ਫੇਰ ਦਰਖਤ ਬਣ ਜਾਏਗਾ ਇਹ ਅਸੀਂ ਜੜ ਤੋਂ ਪੁੱਟਣਾ ਜੀ ਜੜ ਤੋਂ ਪੁੱਟਿਆ ਹੋਵੇ ਦੁਬਾਰਾ ਨਹੀਂ ਰੋਖੋਗਦਾ ਇਹ ਆ ਜਿਹੜਾ ਕਾਨੂੰਨ ਹੈ ਸਾਡੀਆਂ ਫੇਰ ਵੀ ਬੋਧੀਆਂ ਬਨ ਦੇਗਾ ਕਿਉਂਕਿ ਸਾਨੂੰ ਡਰ ਹੈ ਜੀ ਇੰਦੇ ਚ ਕੋ ਦੋਰ ਹੈ ਨਹੀਂ ਕਿਉਂਕਿ ਕਾਨੂੰਨ ਹੈ ਸਾਡੇ ਵਾਸਤੇ ਨਹੀਂ ਬਣਿਆ ਦੁਬਾਰਾ ਇਹ ਕਾਨੂੰਨ ਫੇਰ ਇਹ ਆਪਣਾ ਰੰਗ ਵਿਖਾਉਣਗੇ ਇਸ ਕਰਕੇ ਅਸੀਂ ਇਹ ਵੱਡਾ ਅਧੋਲਨ ਜਿਹੜਾ ਮੈਂ ਸਮਝਣਾ ਹੁਣ ਤਾਂ ਦੇਸ਼ ਦੀਆਂ ਹੱਦਾ ਟੱਪ ਕੇ ਹੁਣ ਤਾਂ ਦੁਨੀਆ ਦੇ ਵਿੱਚ ਅਧੋਲਨ ਅਸੀਂ ਇਹ ਜਿਹੜਾ ਸਾਬਤ ਕਰਤੀ ਗੱਲ ਪੀਸਫੁਲ ਰਹਿ ਕੇ ਐ ਵੈਲਸ ਨਹੀਂ ਹੋਣਦੇ ਅਗਿਆ ਧਾਰਮਿਕ ਮੁੱਦਾ ਨਹੀਂ ਬੰਨਦੇ ਤਾਂ ਜੋਰ ਲਾ ਲਿਆ ਜੀ ਇਹਨਾਂ ਆਈਟੀ ਆਈਟੀ ਸੈੱਲ ਜਿਹੜਾ ਇੰਦੇ ਬੀਜੇਪੀ ਗਵਰਨਮੈਂਟ ਦਾ ਪੱਪਾ ਪਰ ਹੋਇਆ ਬੈਠਾ ਜੀ ਉਹ ਔਰ ਉਹ ਉਹ ਸਾਡੀਆਂ ਖਾਮੀਆਂ ਕੋਈ ਲੱਭ ਨਹੀਂ ਰਹੀ ਪਾਣੀ ਚ ਡਾਂਗ ਮਾਰਨ ਵਾਲੀ ਗੱਲ ਹੈ ਕਿਵੇਂ ਐਡ ਕਰ ਦਿੰਦੇ ਨੇ ਕਿ ਕਦੀ ਕਹਿ ਦਿੰਦੇ ਜਿਵੇਂ ਬੰਨੀਆਂ ਪਾੜ ਗਿਆ ਇਹਨਾਂ ਸਟੇਜ ਅੱਡ ਲਾਏ ਆ ਜੀ ਐਡੋ ਐਡੀ ਬੋਲਦੇ ਆ ਮੈਂ ਦੱਸਣਾ ਚਾਹਣਾ ਤੁਹਾਡੇ ਮਾਂਦ ਮਰੇਈ ਕਿਉਂਕਿ ਸਾਡਾ 40 50 ਕਿਲੋਮੀਟਰ ਦਾ ਸਫਰ ਹੈ ਜੀ ਇਹ ਜਿਹੜਾ ਕਾਫਲਾ ਵੱਡਾ ਜਾਮ ਲਾਇਆ ਸੀ ਟਿਕਰੀ ਬਾਰਡਰ ਤੇ ਆਪਾਂ ਗੱਲ ਕਰਨ ਆਏ ਹਾਂ ਜੀ ਹੁ ਔਰ ਏਡਾ ਵੱਡਾ ਬਜ਼ੁਰਗ ਗਿਣੇ ਸਾਡੇ ਕੋ ਬੱਚੇ ਨੇ ਵਿੱਚ ਬੀਬੀਆਂ ਨੇ ਇੰਨਾ ਸਬਰ ਰੋਜ਼ ਸਵੇਰੇ ਆਇਆ ਨਹੀਂ ਜਾਂਦਾ ਸਾਡੀਆਂ ਸਟਰੀਟਾਂ ਬਹੁਤ ਪਿੱਛੇ ਚੱਲਣ ਡੀਆਂ ਜੀ ਸਾਰਾ ਕੁਝ ਅਸੀਂ ਜੋ ਪਾਰਟੀਆਂ ਦਾ ਪ੍ਰੋਗਰਾਮ ਆਉਂਦਾ ਤੁਸੀਂ ਦਿੰਨੇ ਆਂ ਪ੍ਰੋਗਰਾਮ ਸਾਰੀ ਜਿੰਨੀ ਵੀ ਸਾਡੇ ਐਜੀਟੇਸ਼ਨ ਚ ਕਿਸਾਨ ਵੀ ਆਏ ਸਾਰੇ ਦੇਸ਼ ਦੇ ਆਏ ਉਹਨਾਂ ਨੂੰ ਅਸੀਂ ਨਵੀਂ ਅਪਡੇਟ ਜਿਹੜੀ ਦੇਹਲੀ ਦਿੰਨੇ ਆਂ ਸਵੇਰੇ 10 ਵਜੇ ਤੋਂ ਲੈ ਕੇ 4-5 ਵਜੇ ਤੱਕ ਅਸੀਂ ਕਿਸਾਨਾਂ ਦੇ ਵਿੱਚ ਰਹਿੰਨੇ ਆਂ ਕੋਈ ਗੱਲ ਨਹੀਂ ਜ ਰਾਤ ਪਰ ਦਿਨ ਵਿੱਚ ਆ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸੱਚ ਦੀ ਜਿੱਤ ਹੁੰਦੀ ਹੈ ਸੱਚ ਨੂੰ ਛੁਪਾ ਨਹੀਂ ਸਕਦੇ ਅਸੀਂ ਜਿੱਤਾਂਗੇ ਕੋਈ ਰੌਲਾ ਨਹੀਂ ਜੀ ਉਜ ਮੀਡੀਆ ਕਹਿ ਰਿਹਾ ਹੈਗਾ ਵੀ ਇਹ ਨਾ ਬਖਰੇਵੇਂ ਮੇ ਪੈਦਾ ਹੋ ਗਏ ਹੈਗੇ ਜੀ ਬਿਲਕੁਲ ਨਹੀਂ ਜੀ ਇਹ ਮੀਡੀਆ ਜਿਹੜਾ ਇਹ ਗੋਦੀ ਮੀਡੀਆ ਨਹੀਂ ਮੈਂ ਗੱਲ ਕਰਾਂਗਾ ਜੀ ਉਹ ਤਾਂ ਬਹੁਤ ਕੁਝ ਉਦਣ ਦਾ ਹੀ ਜ਼ੋਰ ਲਾ ਲਿਆ ਪੱਪਾ ਪਰਨੋਏ ਬੈਠੇ ਆ ਜੀ ਸਾਡੇ ਤੇ ਦੱਸੋ ਤੁਸੀਂ ਆ ਪੰਜਾਬ ਦੇ ਪੂਰੇ ਦੇਸ਼ ਦੇ ਕਿਸਾਨ ਆ ਗੁਜਰਾਤ ਦੇ ਕਲਵੀਰ ਇੱਥੇ ਬੋਲ ਕੇ ਗਏ ਆ ਇਹ ਜਿਹੜਾ ਰੋਲ ਮਾਡਲ ਕਹਿੰਦੇ ਗੁਜਰਾਤ ਅਸੀਂ ਵਧੀਆ ਦੇ ਰਹੇ ਆ ਉਹ ਉਹ ਇੱਥੇ ਦਵਾਈ ਪਾ ਕੇ ਗਏ ਕਹਿੰਦੇ ਕੁਝ ਨਹੀਂ ਦਿੱਤਾ ਬਸ ਗੱਲਾਂ ਹੀ ਹਨ ਰੀਆਂ ਕਿਉਂਕਿ ਇਹ ਸਾਰੇ ਦੇਸ਼ ਦੇ ਕਿਸਾਨ ਆ ਬਖਰੇਵੇਂ ਵਾਲੀ ਤਾਂ ਗੱਲ ਹੀ ਕੋਈ ਨਹੀਂ ਇਹ ਪੱਪਾ ਪਾਰ ਹੋਏ ਬਿਠੇ ਮੈਂ ਅੱਗੇ ਵੀ ਕਹਾ ਜੀ ਸਾਰਾ ਇਹਨਾਂ ਤਾਣਾ ਬਾਣਾ ਤੰਤਰ ਮੰਤਰ ਸਰਕਾਰ ਕੋਲ ਹੁੰਦੇ ਆ ਜੀ ਉਹ ਇਹਨਾਂ ਚੋਖੇ ਹੋਏ ਆ ਸੀਆਈਡੀ ਸਾਡੇ ਵਿੱਚ ਵੜੀ ਆ ਹਰ ਕਿਸਮ ਦਾ ਪ੍ਰੋਪੋਗੈਂਡਾ ਜਿਹੜਾ ਇਹ ਮਾਪ ਡੰਡਾ ਪਰਾ ਰਹੇ ਆ ਪਰ ਇਹਨਾਂ ਨੂੰ ਕਿਸੇ ਬੰਨੇ ਉਹ ਸਫਲਤਾ ਨਹੀਂ ਮਿਲਣ ਈ ਇਹਨਾਂ ਨੂੰ ਅਗੋਂ ਮੋਦੀ ਵਜਣ ਈ ਇਸ ਕਰਕੇ ਸਾਡਾ ਐਜੀਟੇਸ਼ਨ ਤਿੱਖਾ ਕਰ ਰਹੇ ਜੀ ਤੁਸੀਂ ਵੇਖ ਲਓ ਇਸ ਤੋਂ ਅਗਲਾ ਐਜੀਟੇਸ਼ਨ ਜਿਹੜਾ ਲੰਮਾ ਸਮਾਂ ਲੜਾਂਗੇ ਜੀ ਛੋਟਾ ਥੋੜੇ ਸਮੇਂ ਵਾਸਤੇ ਅਸੀਂ ਤਿਆਰੀ ਕਰਕੇ ਨਹੀਂ ਆਏ ਰੋਜ਼ ਇਹ ਗੱਲ ਕਰੀਦੀ ਆ ਜੀ ਸਾਡਾ ਵੇਖ ਲਓ ਜਾ ਕੇ ਤਿਆਰੀ ਹਰ ਟਰਾਲੀ ਦਾ ਵੱਖਰਾ ਵੱਖਰਾ ਲ ਪੂਰੀ ਤਿਆਰੀ ਆ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਦਿੱਲੀ ਦੀ ਹਰਿਆਣੇ ਦੀ ਦਾ ਕਿਉਂਕਿ ਉਹਨਾਂ ਨੇ ਸਾਰਾ ਕੁਝ ਸਾਡੇ ਵਾਸਤੇ ਦਰਵਾਜ਼ੇ ਖੋਲ ਤੇ ਕਰਦੇ ਮੈਂ ਸਮਝਣਾ ਦੁਨੀਆ ਦਾ ਇਹ ਵੀ ਇੱਕ ਗਿਨੀਜ਼ ਬੁੱਕ ਦੇ ਵਿੱਚ ਜਿਹੜਾ ਸਾਡਾ ਐਜੀਟੇਸ਼ਨ ਆਵੇਗਾ ਔਰ ਇੱਕ ਲੰਗਰ ਦਾ ਵੀ ਗਿਨੀਜ਼ ਬੁੱਕ ਚ ਆਵੇਗਾ ਕਿਉਂਕਿ ਬਦਾਮਾਂ ਦੇ ਲੰਗਰ ਅਸੀਂ ਲਾਤੇ 100 ਕੀ ਦੇ ਲੰਗਰ ਲਾਤੇ ਦੁੱਧ ਦੀਆਂ ਨਦੀਆਂ ਬਹਾਤੀਆਂ ਪਾਣੀ ਦਿੱਲੀ ਚ ਨਹੀਂ ਲੱਭਦਾ ਕਿਉਂਕਿ ਸਾਡੀ ਸਬਜ਼ੀ ਵੀ ਬਸਲੇਰੀ ਨਾ ਬਣਦੀ ਹੁਣ ਇਸ ਕਰਕੇ ਇਹ ਵੀ ਇੱਕ ਲੰਗਰ ਵੀ ਜਿਹੜਾ ਦੁਨੀਆ ਦੇ ਵਿੱਚ ਇਤਿਹਾਸ ਦੇ ਇਹ ਵੀ ਲਿਖਿਆ ਜਾਵੇਗਾ ਵੀ ਬਦਾਮ ਸਾਡੇ ਆ ਜੀ ਅਸੀਂ ਕਿਸਾਨ ਸਾਡੇ ਕਿਸਾਨ ਲਾਉਂਦੇ ਆ ਨਾ ਸਾਡੇ ਬਾਦਾਮ ਮੀਡੀਆ ਕਹਿ ਰਿਹਾ ਜੀ ਇਹ ਬਾਦਾਮ ਖਾ ਰਹੇ ਨੇ ਕੀ ਗੱਲ ਵੀ ਕਿਸਾਨ ਬਾਦਾਮ ਨਹੀਂ ਖਾ ਸਕਦੇ ਕੀ ਗੱਲ ਅਸੀਂ ਆਪ ਪੈਦਾ ਕਰਦੇ ਆ ਹਰ ਚੀਜ਼ ਪੈਦਾ ਕਰਕੇ ਲਿਆਉਨੇ ਆ ਜੀ ਹਵਾ ਤੇ ਜਿਹੜਾ ਮੌਸਮ ਪਾਣੀ ਆ ਉਹ ਨਹੀਂ ਪੈਦਾ ਕਰਦੇ ਦੁਨੀਆ ਦੀ ਕੋਈ ਚੀਜ਼ ਨਹੀਂ ਜਿਹੜੀ ਕਿਸਾਨ ਨਹੀਂ ਪੈਦਾ ਕਰਦਾ ਸਾਰੀਆਂ ਕਰਦੇ ਆ ਮੇਰੇ ਬਾਪੂ ਦਾ ਲੰਗਰ 20 ਰੁਪਏ ਵਾਲਾ ਵੇਖ ਲੋ ਟੁੱਟ ਵਰਤਦਾ ਪਿਆ ਔਰ ਵਰਤੇਗਾ ਅਸੀਂ ਪੋਦਾ ਮਹੀਨਾ ਚੜ ਗਿਆ ਜੀ ਸ਼ਹੀਦੀਆਂ ਵਾਲਾ ਮਹੀਨਾ ਚੜ ਪਿਆ ਬਾਬੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਖੇਰੂ ਖੇਰੂ ਇਸ ਮਹੀਨੇ ਚ ਹੋਇਆ ਯਾਦ ਆ ਗਈ ਸਾਨੂੰ ਅੱਜ ਸ਼ਹੀਦਾਂ ਦੀ ਵੀ ਕਿਉਂਕਿ ਵਾਹਿਗੁਰੂ ਕਿਰਪਾ ਕਰੇ ਵੱਡੀਆਂ ਕੁਰਬਾਨੀਆਂ ਦੇਣ ਵਾਸਤੇ ਅਸੀਂ ਇੱਥੇ ਆਏ ਆਂ ਛੋਟੀ ਕੁਰਬਾਨੀ ਨਹੀਂ ਜਿਹੜੀ ਵੀ ਮੋਦੀ ਕੁਰਬਾਨੀ ਮੰਗੇਗਾ ਅਸੀਂ ਦੇਣ ਨੂੰ ਤਿਆਰ ਆਂ ਔਰ ਲੜਾਈ ਇਹ ਜਿੱਤ ਕੇ ਜਾਵਾਂਗੇ ਆਰਡੀਨੈਂਸ ਵਾਸ ਕਰਾ ਕੇ ਜਾਵਾਂਗੇ ਸਾਡੇ ਨਾਲ ਕੁਝ ਹੋਰ ਵੀ ਕਿਸਾਨ ਆ ਗੋ ਜੁੜਿਆ ਉਹਨਾਂ ਨਾਲ ਵੀ ਗੱਲ ਕਰਦੇ ਆਂ ਸੱਸੀ ਕਾ ਜੀ ਸੱਸੀ ਕਾ ਜੀ ਹਾਂਜੀ ਕੀ ਨਾਮ ਹੈ ਜੀ ਮੇਗਰਾਜਰ ਅੱਲਾ ਜੀ ਹਾਂਜੀ ਇਹ ਆਪਣੀ ਜਦੋਂ ਹਰੀ ਕ੍ਰਾਂਤੀ ਲਿਆਂਦੀ ਸੀ ਜੀ ਸਰਕਾਰਾਂ ਨੇ ਫਿਰ ਹੀ ਰੇਹ ਦਿੱਤੀ ਫਿਰ ਹੀ ਬੀਜ ਦਿੱਤੇ ਕੀ ਉਹ ਆਪਾਂ ਨੂੰ ਕਿਸ ਤਰ੍ਹਾਂ ਸਾਬਤ ਹੋਈ ਗਈ ਹੋਣ ਲੱਗ ਰਹੀ ਹੈ ਜੀ ਗੋਦਾ ਨਤੀਜਾ ਇਹ ਨਿਕਲੇ ਕਿ ਪੰਜਾਬ ਦੇ ਕਿਸਾਨ ਨੇ ਹਰਿਆਣੇ ਦੇ ਕਿਸਾਨ ਨੇ ਹਿੰਦੁਸਤਾਨ ਦੇ ਕਿਸਾਨ ਨੇ ਉਹ ਹਰੀ ਕ੍ਰਾਂਤੀ ਦੇ ਵਿੱਚ ਜਿਹੜਾ ਇੰਨਾ ਪੈਦਾਵਾਰ ਕੀਤੀ ਕਿ ਇਹਨਾਂ ਦੇ ਗੋਦਾਮ ਭਰ ਗਏ ਤੇ ਇਹਨਾਂ ਕੋਲ ਸਰਪਲਸ ਹੋ ਗਿਆ ਸਾਰਾ ਅਨਾਜ ਸੀ ਜਿਹੜਾ ਤੇ ਉਹਦਾ ਨਤੀਜਾ ਇਹ ਨਿਕਲੇ ਕਿ ਉਸ ਹਰੀ ਕ੍ਰਾਂਤੀ ਨੇ ਵੀ ਸਾਨੂੰ ਦੁੱਖ ਹੀ ਦਿੱਤੇ ਨੇ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਜ਼ਹਿਰਾ ਹੀ ਬੀਜੀਆਂ ਔਰ ਜ਼ਹਿਰਾ ਬੀਜ ਕੇ ਜਿਹੜਾ ਹੈਗਾ ਅੱਜ ਘਰ-ਘਰ ਜਿਹੜਾ ਕੈਂਸਰ ਦੇ ਮੰਜੇ ਪਏ ਹੈਗੇ ਉਹ ਵੀ ਨਾ ਸਰਕਾਰਾਂ ਦੀ ਦੇਣ ਹੀ ਹੈ ਕਿ ਸਰਕਾਰਾਂ ਦਾ ਕੰਟਰੋਲ ਹੀ ਕੋਈ ਨਹੀਂ ਹੈਗਾ ਜਿਹੜੀਆਂ ਯੂਨੀਵਰਸਿਟੀਆਂ ਨੇ ਖੇਤੀਬਾੜੀ ਯੂਨੀਵਰਸਿਟੀਆਂ ਹੈ ਉਹ ਵੀ ਸਾਡੀਆਂ ਚਿੱਟੇ ਹਾਥੀ ਸਾਫਤ ਹੋ ਰਹੀਆਂ ਨੇ ਜੇ ਉਹਨਾਂ ਨੂੰ ਇਹ ਡਾਇਰੈਕਸ਼ਨ ਦੇਣ ਕਿ ਕਿਹੜੇ ਇਲਾਕੇ ਦੀ ਜ਼ਮੀਨ ਦੀ ਕਿਹੋ ਜੀ ਨੇਚਰ ਹੈ ਉੱਥੇ ਕੀ ਬੀਜਣਾ ਹੈ ਕੀ ਨਹੀਂ ਬੀਜਣਾ ਕੋਈ ਇਹਨਾਂ ਦੀ ਪਲੈਨਿੰਗ ਹੋਵੇ ਤੇ ਫਿਰ ਤਾਂ ਉੱਥੋਂ ਵਧੀਆ ਨਤੀਜੇ ਨਿਕਲਣ ਉਹੀ ਅੱਖਾਂ ਮੀਚ ਕੇ ਜੇ ਕੋਈ ਵੀ ਝੋਨਾ ਬੀਜਣ ਲੱਗੇ ਤੇ ਸਾਰੇ ਝੋਨਾ ਹੀ ਬੀਜਣ ਲੱਗੇ ਹੁਣ ਝੋਨੇ ਦੇ ਨਾਂ ਤੇ ਰੌਲਾ ਰੱਪਾ ਜਿੰਨਾ ਪਿਆ ਜੀ ਪਰਾਲੀ ਦਾ ਮਸਲਾ ਖੜਾ ਹੋ ਗਿਆ ਝੋਨੇ ਦਾ ਮਸਲਾ ਖੜਾ ਹੋ ਇਹ ਝੋਨਾ ਕਿਸਾਨਾਂ ਨੇ ਆਪ ਤੇ ਨਹੀਂ ਬੀਜਣਾ ਸ਼ੁਰੂ ਕੀਤਾ ਆਪਣੀ ਪਹਿਲੀ ਸਿੰਗੀ ਪੰਜਾਬ ਦੀ ਸੀਗੀ ਉਹਦਾ ਝੋਨੇ ਵਾਲੀ ਹੈ ਨਹੀਂ ਸੀ ਆਪਾਂ ਝੋਨਾ ਹੈ ਨਹੀਂ ਸੀ ਆਪਣੀ ਨਾਲ ਹੀ ਖੇਤੀ ਸੀ ਆਪਣੇ ਛੋਲੇ ਬਾਜਰਾ ਕਣਕੀ ਸੀਗੀ ਜਾਂ ਲਾਲੂ ਵੀ ਰੂੰ ਦੀ ਸੀਗੀ ਆਪਣੇ ਕਾਟਨ ਦੀ ਤੇ ਇਹ ਕਿਹਨੇ ਲੈਂਦੀ ਹੈਗੀ ਜੀ ਇਹ ਸਰਕਾਰਾਂ ਦੀ ਦੇਣਾ ਜੀ ਸਾਰਾ ਕੁਝ ਕਿਸਾਨ ਨੂੰ ਤੇ ਪਤਾ ਹੀ ਨਹੀਂ ਕਿਸਾਨ ਇਹਨਾਂ ਪੋੜਾ ਹੈਗਾ ਕਿ ਉਹਨੂੰ ਕੁਝ ਨਹੀਂ ਪਤਾ ਹੈਗਾ ਮੈਂ ਕੀ ਬੀਜਣਾ ਕੀ ਨਹੀਂ ਬੀਜਣਾ ਮੈਂ ਜਿਹੜੀ ਬੇਨਤੀ ਕੀਤੀ ਕਿ ਇੱਕ ਯੂਨੀਵਰਸਟੀਆਂ ਚਿੱਟੇ ਹਾਥੀ ਸਾਫਤ ਹੋ ਰਹੀਆਂ ਉਹ ਦੱਸ ਹੀ ਨਹੀਂ ਰਹੀਆਂ ਕੁਝ ਵੀ ਜਿੱਥੇ ਅਸੀਂ ਅੱਜ ਆਪਣਾ ਜਿਹੜਾ ਸਾਡਾ ਪਾਣੀ ਥੱਲੇ ਵਾਲਾ ਖਤਮ ਹੁੰਦਾ ਜਾਂਦਾ ਹੈਗਾ ਉਥੇ ਪ੍ਰਦੂਸ਼ਣ ਦਾ ਮਸਲਾ ਵੀ ਖੜਾ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਪਰਵੇਂ ਦੋਸ਼ੀ ਹੁਣ ਕੱਲੇ ਕਿਸਾਨ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਐ ਕਹੇ ਜੀ ਪ੍ਰਦੂਸ਼ਣ ਫਲਾਉਂਦਾ ਹੈਗਾ ਕਿਸਾਨ ਤੇ 8% ਸਾਰੇ ਸਾਲ ਦੇ ਵਿੱਚ ਜ ਟੋਟਲ ਜਿੰਨਾ ਪ੍ਰਦੂਸ਼ਣ ਹੈ ਉਹ ਚ 8% ਹਿੱਸਾ ਕਿਸਾਨ ਦਾ ਸਾਨੂੰ ਇਸ ਗੱਲ ਦਾ ਪਤਾ ਹੈ 92% ਜਿਹੜੇ ਪ੍ਰਦੂਸ਼ਣ ਫਲਾਉਂਦੇ ਐ ਫੈਕਟਰੀਆਂ ਕਾਰਖਾਨੇ ਆਵਾਜਾਈ ਦੇ ਸਾਧਨ ਉਹਦੇ ਬਾਰੇ ਇਨਾਵ ਦੇ ਕਾਨੂੰਨ ਕਿੱਥੇ ਨੇ ਉਹ ਕਿਉਂ ਨਹੀਂ ਉਹਨਾਂ ਤੇ ਲਾਗੂ ਕਰਦੇ ਹੈਗੇ ਤੇ ਝੋਨਾ ਵੀ ਕਿਸਾਨ ਕੋਈ ਚਾਹ ਨਾਲ ਨਹੀਂ ਵੇਚਦਾ ਉਹੀ ਗੱਲ ਫੇਰ ਇੱਥ ਐਮ ਐਸ ਪੀ ਵਾਲਾ ਜਿਹੜਾ ਮਸਲਾ ਹੈਗਾ ਜੇ ਇਹ ਗਰੰਟੀ ਕਰਨ ਕਿ ਇੱਥੇ ਤੁਸੀਂ ਬਦਲਵੇਂ ਫਸਲਾਂ ਬੀਜੋ ਤੇ ਗਰੰਟੀ ਨਾਲ ਇਹ ਇਸ ਭਾਅ ਦੇ ਉੱਤੇ ਖਰੀਦੀਆਂ ਜਾਣਗੀਆਂ ਤਾਂ ਕਿਸਾਨ ਝੋਨਾ ਬੀਜਣ ਤੋਂ ਹਟ ਸਕਦਾ ਹੈਗਾ ਪਰ ਗਰੰਟੀ ਦੇਣੀ ਕੋਈ ਨਹੀਂ ਗੱਲਾਂ ਗੋਲ ਮੋਲ ਕਰਨੀਆਂ ਖਿਆਲ ਰੱਖਿਆ ਜਾਂਦਾ ਅਮਾਨੀਆਂ ਤੇ ਅਡਾਨੀਆਂ ਦਾ ਕਾਰਪੋਰੇਟ ਕਰਾਉਣਿਆਂ ਦਾ ਕਿਸਾਨ ਨੂੰ ਚੋਰ ਮੋਰੀਆਂ ਰਾਹੀਂ ਇੱਧਰ ਉੱਧਰ ਕਰਕੇ ਵੀ ਇਹਨੂੰ ਕਿਵੇਂ ਨਾ ਕਿਵੇਂ ਚੁੱਪ ਕਰਾ ਦਿਓ ਇਹ ਕਿਸਾਨ ਹੁਣ ਕੋਈ ਉਹ ਪੋਲਾ ਇਹਨਾਂ ਅਨਪੜ੍ਹ ਕਿਸਾਨ ਨਹੀਂ ਹੈਗਾ ਕਿ ਕਿਸਾਨ ਇਹਨਾਂ ਦੀਆਂ ਗੱਲਾਂ ਦੇ ਉੱਤੇ ਯਕੀਨ ਕਰੇਗਾ ਤੁਸੀਂ ਪ੍ਰੋਡਕਸ਼ਨ ਦੀ ਗੱਲ ਕਰੇ ਹੈਗੀ ਕਿਸਾਨ ਜੇ ਪ੍ਰਾਲੀ ਫੂਕਦਾ ਤਾਂ ਉਹਦੇ ਦਾ ਪਰਚਾ ਦਰਜ ਆ ਵੀ ਕਰੋੜ ਰੁਪਏ ਜੁਰਮਾਨਾ 10 ਸਾਲ ਦੀ ਕੈਦ ਵੀ 5 ਸਾਲ ਦੀ ਪਰ ਜਿਹੜੀਆਂ ਫੈਕਟਰੀਆਂ ਨਦੀਆਂ ਚ ਪਾਣ ਇਸ ਗੰਦਾ ਪਾਣੀ ਸਿੱਟੀ ਜਾਂਦੀਆਂ ਉਹਨਾਂ ਦੇ ਵੀ ਕੋਈ ਕਾਨੂੰਨ ਬਣਾਇਆ ਗਿਆਗਾ ਦੇਖੋ ਕਾਨੂੰਨ ਤਾਂ ਪ੍ਰਦੂਸ਼ਣ ਦੇ ਮਸਲੇ ਤੇ ਬਣਿਆ ਹੋਇਆ ਹੈਗਾ ਪਰ ਕਿਉਂਕਿ ਕਾਨੂੰਨ ਹੈ ਜਿਹੜਾ ਜਿਹੜੇ ਸਾਡੇ ਸੰਵਿਧਾਨ ਨੂੰ ਜਿਵੇਂ ਕਹਿੰਦੇ ਹੁੰਦੇ ਵੀ ਇਹ ਤਾਂ ਜੀ ਮੋਮ ਦੀ ਨੱਕ ਹੈ ਜਿੱਧਰ ਮਰਜੀ ਇਹਨੂੰ ਮੋੜ ਲੋ ਇਹ ਬਿਲਕੁਲ ਉਸੇ ਤਰ੍ਹਾਂ ਵੀ ਤਕੜਿਆਂ ਦਾ ਸੱਤੀ ਵੀ 100 ਹੁੰਦਾ ਤੇ ਕਾਨੂੰਨ ਇਹਨਾਂ ਵਾਸਤੇ ਤਾਂ ਕੋਈ ਨੀ ਅਮਬਾਨੀਆਂ ਅਡਾਨੀਆਂ ਵਾਸਤੇ ਚਾਹੇ ਹੁਣ ਪਾਣੀ ਦਾ ਪ੍ਰਦੂਸ਼ਣ ਹੈ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਸਤਲੁਜ ਦਰਿਆ ਤੇ ਬਿਆਸ ਦਰਿਆ ਇਕੱਠੇ ਹੁੰਦੇ ਹਰੀਕੇ ਪਤਣ ਤੇ ਉੱਥੇ ਉਹ ਕਿਸੇ ਤਕੜੇ ਬੰਦੇ ਦਾ ਰਿਸ਼ਤੇਦਾਰ ਹੈ ਦਿੱਲੀ ਦੇ ਵਿੱਚ ਬੈਠੇ ਉਹ ਵੀ ਸਿਆਸਤਦਾਨ ਨੇ ਉਹਨਾਂ ਦੀਆਂ ਫੈਕਟਰੀਆਂ ਨੇ ਉਹਨਾਂ ਦਾ ਮਲ ਮੂਤਰ ਉਹਨਾਂ ਦਾ ਗੰਦਾ ਪਾਣੀ ਉਹ ਸਾਰਾ ਉਹਨਾਂ ਨੇ ਪਾ ਕੇ ਦਰਿਆਵਾਂ ਦੇ ਵਿੱਚ ਉਹ ਪੋਲਿਊਟ ਕਰਤਾ ਉਹਨਾਂ ਦਰਿਆਵਾਂ ਨੂੰ ਤੇ ਉਹ ਨਤੀਜਾ ਹੀ ਨਿਕਲ ਕੇ ਸਾਰੇ ਜਲ ਜੀਵ ਮੱਛੀਆਂ ਸੀ ਜਿਹੜੇ ਕੱਚੂ ਗੁੰਮੇ ਸੀ ਉਹ ਸਾਰੇ ਉਹ ਮਰ ਗਏ ਤੇ ਉਹਨਾਂ ਵਾਸਤੇ ਤੇ ਕੋਈ ਕਾਨੂੰਨ ਨਹੀਂ ਕੁਛ ਨਹੀਂ ਹੋਇਆ ਉਹਨਾਂ ਵਾਸਤੇ ਕਿਸਾਨ ਕੋਈ ਪਰਚਾ ਦਰਜ ਨਹੀਂ ਹੋਇਆ ਜੀ ਕਿਤੇ ਕੁਛ ਨਹੀਂ ਹੋਇਆ ਮੱਛੀਆਂ ਉੱਥੇ ਬਦਬੂ ਮਾਰਦੀਆਂ ਰਹੀਆਂ ਮੈਂ ਖੁਦ ਜਾ ਕੇ ਉੱਥੇ ਵੇਖਿਆ ਮੈਂ ਦਰਿਆ ਦੇ ਉੱਤੇ ਗਿਆ ਸੀ ਇਹ ਦ੍ਰਿਸ਼ ਵੇਖਣ ਵਾਸਤੇ ਉੱਥੇ ਮਰੀਆਂ ਮੱਛੀਆਂ ਵੇਖੀਆਂ ਮੈਂ ਆਪਣੀਆਂ ਅੱਖਾਂ ਦੇ ਨਾਲ ਤੇ ਦੂਜੇ ਪਾਸੇ ਜੇ ਕਿਸਾਨ ਅਗਲਾਉਂਦਾ ਇੱਕ ਆਪਦਾ ਝੋਨਾ ਵੀ ਮੈਂ ਗਾਂ ਕਣਕ ਬੀਜਣੀ ਐ ਤੇ ਮੇਰੇ ਕੋਲੇ ਹੱਲ ਕੋਈ ਨਹੀਂ ਹੈਗਾ ਇਹਦਾ ਤੇ ਉਹ ਕਿਸਾਨ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇਗੇ ਮੈਂ ਬਿਲਕੁਲ ਪ੍ਰਦੂਸ਼ਣ ਦੇ ਹੱਕ 'ਚ ਨਹੀਂ ਹੈਗਾ ਪ੍ਰਦੂਸ਼ਣ ਬਿਲਕੁਲ ਬੰਦ ਹੋਣਾ ਚਾਹੀਦਾ ਸਾਡੀ ਸਿਹਤ ਲਈ ਹਾਨੀਕਾਰਕ ਹੈ ਕਿਸਾਨ ਜਦੋਂ ਅੱਗ ਲਾਉਂਦਾ ਵੀ ਹੈ ਨਾ ਬੜੀ ਮਜਬੂਰੀ ਬਸ ਲਾਉਂਦਾ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਜਿਹੜੇ ਮਿੱਤਰ ਕੀੜੇ ਆ ਉਹ ਵੀ ਮਰਨਗੇ ਇਹਦੀ ਉਪਜਾਊ ਸ਼ਕਤੀ ਘਟੂਗੀ ਧਰਤੀ ਦੀ ਉਹਨੂੰ ਇਸ ਗੱਲ ਦਾ ਗਿਆਨ ਹੈ ਉਹਨੂੰ ਇਸ ਗੱਲ ਦਾ ਵੀ ਗਿਆਨ ਹੈ ਕਿ ਮੈਂ ਜਦੋਂ ਅੱਗ ਲਾਊਗਾ ਸਭ ਤੋਂ ਪਹਿਲਾਂ ਧੂਆ ਮੈਨੂੰ ਹੀ ਚੜਨਾ ਹੈ ਮੇਰੇ ਬੱਚਿਆਂ ਨੂੰ ਚੜਨਾ ਹੈ ਮੇਰੇ ਪਸ਼ੂਆਂ ਨੂੰ ਚੜਨਾ ਹੈ ਦਿੱਲੀ ਤੇ ਬਾਅਦ ਦੇ ਵਿੱਚ ਆਉਂਦਾ ਹੈ ਇਹ ਕਮਾਲ ਦੀ ਗੱਲ ਹੈ ਕਿ ਦਿੱਲੀ ਵਾਲੇ ਚੀਕਾਂ ਪਹਿਲਾਂ ਮਾਰਨ ਲੱਗ ਜਾਂਦੇ ਨੇ ਕਿ ਜਿਵੇਂ ਇਹ ਜਲਾਲਾਬਾਦ ਤੋਂ ਆਏ ਹੋਏ ਨੇਗੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਹੀ ਬੈਠੇ ਨੇ ਗੁਰੂ ਹਰਸਾਏ ਇਹਨਾਂ ਦਾ ਹਲਕਾ ਹੈਗਾ ਉੱਥੇ ਤੇ ਜਦੋਂ ਉੱਥੇ ਅੱਗ ਲੱਗਦੀ ਹੈ ਤੇ ਦਿੱਲੀ ਧੂਆਂ ਪਹਿਲਾਂ ਪਹੁੰਚ ਜਾਂਦਾ ਹੈਗਾ ਰਾਜ ਕਿਸੇ ਨੂੰ ਨਹੀਂ ਧੂਆਂ ਲੱਗਦਾ ਹੈਗਾ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਬਾਈ ਹਾਤ ਗੱਲਾਂ ਕਰਦੇ ਆ ਸੋ ਅਸੀਂ ਬਿਲਕੁਲ ਪ੍ਰਦੂਸ਼ਣ ਦੇ ਉਲਟ ਆ ਕਿ ਵਾਤਾਵਰਨ ਸਾਫ਼ ਹੋਣਾ ਚਾਹੀਦਾ ਹੈ ਅਸੀਂ ਬਾਬੇ ਨਾਨਕ ਦੇ ਉਸ ਸ਼ਲੋਕ ਦੇ ਉੱਤੇ ਸਿਧਾਂਤ ਦੇ ਉੱਤੇ ਡਟ ਕੇ ਪੈਰਾ ਦੇਣ ਵਾਲੇ ਲੋਕ ਆ ਕਿ ਪਵਨ ਗੁਰੂ ਪਾਣੀ ਪਇਤਾ ਮਾਤਾ ਧਰਤ ਮਹਤ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਪਵਨ ਪਵਨ ਹਵਾ ਨੂੰ ਕਹਿੰਦੇ ਹੈਗੇ ਪਵਨ ਜਿਹੜੀ ਉਹ ਪੂਰੀ ਸਾਫ਼ ਸੁਥਰੀ ਹੋਣੀ ਚਾਹੀਦੀ ਤਾਂ ਹੀ ਉਹ ਅਸੀਂ ਸਿਹਤਮੰਦ ਰਹਾਂਗੇ ਪਾਣੀ ਜਿਹੜਾ ਸਾਫ਼ ਸੁਥਰਾ ਹੋਣਾ ਚਾਹੀਦਾ ਤਾਂ ਹੀ ਅਸੀਂ ਜਿਉਂਦੇ ਰਹਿ ਸਕਾਂਗੇ ਸਾਫ਼ ਸੁਥਰੇ ਸਾਡੀ ਸਿਹਤ ਵਧੀਆ ਹੋਊਗੀ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੈ ਪਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੱਲੇ ਕਿਸਾਨ ਨੂੰ ਦੋਸ਼ੀ ਕਹੀ ਜਾਓ ਤੂੰ ਦੋਸ਼ੀ ਹੈ ਤੂੰ ਦੋਸ਼ੀ ਹੈ ਤੂੰ ਦੋਸ਼ੀ ਹੈ ਸਾਰਦ ਨਹੀਂ ਕਹੀ ਜਾਵੇ ਫਿਰ ਅੱਕ ਕੇ ਬੰਦਾ ਕੀ ਕਰਦਾ ਉਹ ਸੰਘਰਸ਼ ਦੇ ਰਾਹੀ ਪੈਂਦਾ ਨਾ ਵਿਚਾਰੇ ਪਾਸੇ gheeri ਜਾਣਾ gheeri ਜਾਣਾ ਉਹਨੂੰ ਤੇ ਇਸ ਕਰਕੇ ਅਸੀਂ ਇਹ ਸੰਘਰਸ਼ ਦੇ ਰਾਹ ਤੇ ਪਹਿਲਾਂ ਸੁਣੀ ਨਹੀਂ ਗਈ 2 ਮਹੀਨੇ ਤੇ ਅਸੀਂ ਰੇਲਵੇ ਟ੍ਰੈਕਾਂ ਦੇ ਉੱਤੇ ਪੰਜਾਬ ਦੇ ਵਿੱਚ ਬੈਠੇ ਰਹੇ ਹਾਂ ਔਰ ਹੁਣ ਉਹ ਅੱਕ ਕੇ ਇੱਥੇ ਆਉਣਾ ਪਿਆ ਹੈਗਾ ਉਸ ਮੀਡੀਆ ਕਹਿ ਰਿਹਾ ਹੈਗਾ ਵੀ ਜਿਹੜੇ ਇਹ ਕਿਸਾਨ ਹੈ ਇਹਨਾਂ 'ਚ ਬਖਰੀਮਾ ਪੈਦਾ ਹੋ ਗਿਆ ਇਹ ਕੋਈ ਹੈਗੀ ਗੱਲ ਕਿ ਕਿਸਾਨਾਂ ਦੇ ਵਿੱਚ ਬਾਈ ਜੀ ਕੋਈ ਕਿਸੇ ਕਿਸਮ ਦਾ ਬਖਰੀਮਾ ਨਹੀਂ ਹੈ ਕਿਸਾਨ ਬਿਲਕੁਲ ਇੱਕ ਮੁਠ ਨੇ ਕੋਈ ਬਖਰੀਮਾ ਨਹੀਂ ਹੈਗਾ ਹਾਂ ਭਾਜਪਾ ਦੀ ਜਿਹੜੀ ਸਰਕਾਰ ਹੈ ਇਹਦੀਆਂ ਚਾਲਾਂ ਨੇ ਬੜੀਆਂ ਡੂੰਘੀਆਂ ਕਿਉਂਕਿ ਸਿਆਸਤਦਾਨ ਨੇ ਸਿਆਸਤਦਾਨ ਸਿਆਸਤ ਕਰਦੇ ਹੁੰਦੇ ਆ ਅਸੀਂ ਆਪਣੀਆਂ ਜ਼ਿੰਦਗੀਆਂ ਜਾਨਾਂ ਬਚਾਉਣ ਵਾਸਤੇ ਲੜਨਾ ਹੈ ਤੇ ਬੀਜਪੀ ਨੇ ਜਿਹੜੇ ਬੰਦੇ ਕਿਸਾਨ ਆਗੂ ਖੜੇ ਕੀਤੇ ਜਿਹੜੇ ਕਹਿੰਦੇ ਜੀ ਸਾਨੂੰ ਆ ਦੇਖੋ ਮੰਗ ਪੱਤਰ ਦੇ ਕੇ ਗਏ ਨੇ ਆ ਦੇਖੋ ਜੀ ਇਹਨਾਂ ਨੇ ਤਾਂ ਸਾਡੇ ਬਣਾਏ ਹੋਏ ਕਾਨੂੰਨਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਇਹ ਉਹ ਕਿਸਾਨ ਨੇ ਜਿਹੜੇ ਉਹਨਾਂ ਦੇ ਆਪ ਦੇ ਖੜੇ ਕੀਤੇ ਹੋਏ ਆ ਇਹ ਜਿਵੇਂ ਹੁੰਦਾ ਨਾ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਜਦੋਂ ਅਸੀਂ ਕਣਕ ਬੀਜਦੇ ਕਣਕ ਦੇ ਵਿੱਚ ਗੁੱਲੀ ਡੰਡਾ ਪੈਦਾ ਹੋ ਜਾਂਦਾ ਤੇ ਗੁੱਲੀ ਡੰਡੇ ਦੀ ਜਿਹੜੀ ਸ਼ਕਲ ਹੁੰਦੀ ਹੈ ਬਿਲਕੁਲ ਕਣਕ ਵਰਗੀ ਹੁੰਦੀ ਹੈ ਉਹ ਜਿਵੇਂ ਨਹੀਂ ਪਤਾ ਲੱਗਦਾ ਉਹ ਨਾਲ-ਨਾਲ ਵੱਡਾ ਹੁੰਦਾ ਰਹਿੰਦਾ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਪਤਾ ਉਦੋਂ ਲੱਗਦਾ ਜਦੋਂ ਉਹਨੇ ਸਿੱਟੇ ਕ ਜਦੋਂ ਸਿੱਟੇ ਕੱਢਦਾ ਪਤਾ ਉਦੋਂ ਲੱਗਦਾ ਵੀ ਇਹ ਤਾਂ ਯਾਰ ਗੁੱਲੀ ਡੰਡਾ ਸੀਗਾ ਇਹ ਕਣਕ ਹੈ ਹੀ ਨਹੀਂ ਸੀ ਇਹ ਤਾਂ ਖੁਰਾਕ ਵੀ ਖਾ ਗਿਆ ਸਾਡੀ ਸਾਡਾ ਪਾਣੀ ਵੀ ਪੀ ਗਿਆ ਪਾਈ ਹੋਈ ਖਾਦ ਵੀ ਖਾ ਗਿਆ ਇਹ ਸਾਰਾ ਕੁਝ ਖਾ ਗਿਆ ਤਾਂ ਤੇ ਸਿੱਟੇ ਜਿਹੜੇ ਇਹਨੇ ਕੱਢੇਗੇ ਇਹ ਤਾਂ ਕਿਸੇ ਕੰਮ ਦੇ ਨਹੀਂ ਹੈਗੇ ਤੇ ਇਹ ਲੀਡਰ ਜਿਹੜੇ ਨਕਲੀ ਲੀਡਰ ਹੈ ਗੁੱਲੀ ਡੰਡਾ ਨੇ ਅਸਲ ਦੇ ਵਿੱਚ ਸ਼ਕਲ ਇਹਨਾਂ ਦੀ ਕਿਸਾਨਾਂ ਵਰਗੀ ਹੋ ਸਕਦੀ ਹੈ ਬੋਲੀ ਵੀ ਇਹਨਾਂ ਦੀ ਸ਼ਕਲ ਕਿਸਾਨਾਂ ਵਰਗੀ ਹੋ ਸਕਦੀ ਹੈ ਪਰ ਇਹਨਾਂ ਦੇ ਜਿਹੜੇ ਸਿੱਟੇ ਇਹ ਕੱਢਣਗੇ ਨਾ ਉਹ ਸਿੱਟੇ ਕਿਸਾਨ ਵਿਰੋਧੀ ਹੀ ਹੋਣਗੇ ਉਹ ਲੋਕ ਵਿਰੋਧੀ ਹੋਣਗੇ ਇਹਨਾਂ ਦੇ ਪਾਲੇ ਹੋਏ ਬੰਦੇ ਹੈਗੇ ਇਹ ਜਿਹੜੇ ਜਦੋਂ ਇਹ ਅੰਦੋਲਨ ਚੱਲਿਆ ਹੈ ਇਹ ਕੋਈ ਅੱਜ ਦਾ ਥੋੜਾ ਚੱਲਿਆ ਹੋਇਆ ਹੈ ਅੱਜ ਤਾਂ 75 76 ਦਿਨ ਹੋ ਗਏ ਇਸ ਅੰਦੋਲਨ ਚੱਲਦੇ ਨੂੰ ਪਹਿਲਾਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਤੇ ਉਦੋਂ ਇਹ ਕਿਸਾਨ ਲੀਡਰ ਜਿਹੜੇ ਹੁਣ ਮੰਗ ਪੱਤਰ ਦਿੰਦੇ ਫਿਰਦੇ ਇਹਨਾਂ ਨੂੰ ਦਿੱਲੀ ਆ ਕੇ ਇਹ ਕਦੇ ਅਸੀਂ ਰੇਲ ਕਿਸੇ ਅਸੀਂ ਰੈਲੀ ਚ ਬੋਲਦੇ ਨਹੀਂ ਵੇਖੇ ਕਿਸੇ ਅੰਦੋਲਨ ਚ ਨਹੀਂ ਵੇਖੇ ਕਿਸੇ ਮੀਡੀਆ ਰਾਹੀਂ ਨਹੀਂ ਇਹਨਾਂ ਦਾ ਨਾਂ ਸੁਣਿਆ ਹੈਗਾ ਇਹ ਅੱਜ ਅਸੀਂ ਸੁਣਦੇ ਆ ਵੀ ਕੁਝ ਬੰਦੇ ਆ ਕੇ ਜੀ ਖੇਤੀ ਮੰਤਰੀ ਨੂੰ ਮਿਲ ਕੇ ਗਏ ਐ ਤੇ ਉਹ ਕਹਿੰਦੇ ਨੇ ਜੀ ਕਾਨੂੰਨ ਬੜੇ ਅੱਛੇ ਐ ਤਾਂ ਇਹ ਇਹਨਾਂ ਦੇ ਪਾਲੇ ਹੋਏ ਬੰਦੇ ਆ ਆਪਦੇ ਤੇ ਇਸ ਕਰਕੇ ਇਹ ਇਹ ਕਿਸਾਨ ਨਹੀਂ ਹੈਗੇ ਜਿਹੜੇ 31 ਕਿਸਾਨ ਜਥੇਬੰਦੀਆਂ ਇਕੋ ਲੜ ਰਹੀਆਂ ਐ ਇੱਕੋ ਬੈਨਰ ਥੱਲੇ ਲੜ ਰਹੀਆਂ ਇੱਕੋ ਬੈਨਰ ਲੱਗੇ ਹੋਇਆ ਸਾਰੀਆਂ ਸਟੇਜਾਂ ਤੇ ਇੱਕੋ ਕਿਸਮ ਦੀ ਬੋਲੀ ਐ ਸਾਡੀ ਇੱਕੋ ਕਿਸਮ ਦੀ ਮੰਗ ਐ ਸਾਡੀ ਇੱਕ ਸੁਰੂਖੇ ਸਾਰੇ ਲੜ ਰਹੇ ਐ ਸਟੇਜਾਂ ਵੱਖ-ਵੱਖ ਹੋ ਸਕਦੀਆਂ ਐ ਇੱਥੇ ਟਿੱਕਰੀ ਬਾਰਡਰ ਤੇ ਆਪਾਂ ਖੜੇ ਆ ਇੱਥੇ ਤਿੰਨ ਚਾਰ ਸਟੇਜਾਂ ਲੱਗਦੀਆਂ ਹੈਗੀਆਂ ਕਾਰਨ ਕੀ ਹੈ ਕਿ ਲੋਕ ਹੀ ਨੇ ਭਿਗੜੇ ਨਹੀਂ ਇੱਕ ਸਟੇਜ ਤੇ ਉਹਨਾਂ ਨੂੰ ਕਾਬੂ ਹੀ ਨਹੀਂ ਕੀਤਾ ਜਾ ਸਕਦਾ ਬਲਾਰੇ ਆ ਬਲਾਰੇ ਕੱਪੜੇ ਪਾੜੀ ਜਾਂਦੇ ਇੱਕ ਦੂਜੇ ਦੇ ਮੈਂ ਬੋਲਣਾ ਮੈਂ ਬੋਲਣਾ ਦੋ ਦੋ ਮਿੰਟ ਹੁੰਦੇ ਨੇ ਕਿ ਕਿਸੇ ਕਿਸੇ ਬਲਾਰੇ ਦੇ ਦੋ ਮਿੰਟਾਂ ਚ ਤੇ ਮੂੰਹ ਹੀ ਵਿਖਾਇਆ ਜਾ ਸਕਦਾ ਨਾ ਇਹ ਸਟੇਜਾਂ ਅੱਡ ਅੱਡ ਹੋਣ ਕਰਕੇ ਸਗੋਂ ਚਾਰ ਚਾਰ ਮਿੰਟ ਬੋਲ ਵੀ ਜਾਂਦੇ ਹੈਗੇ ਜੇ ਕਿਤੇ ਸਟੇਜ ਇੱਕੋ ਹੋਵੇ ਮੇਰੇ ਖਿਆਲ ਇੱਕ ਮਿੰਟ ਵੀ ਨਹੀਂ ਕਿਸੇ ਦੇ ਹਿੱਸੇ ਹੋਣਾ ਫਿਰ ਤਾਂ ਸਟੇਜ ਸੈਕਟਰੀ ਖੜਾ ਕਰਕੇ ਕਹਿੰਦਾ ਕਰੇ ਆ ਜੀ ਆ ਭਗਵਾਨ ਦਾਸ ਜੀ ਇਹ ਹੁਣ ਬੁਲਾ ਰਹੇ ਨੇ ਕੋਈ ਗੱਲ ਵੀ ਕਹਣੀ ਸਕੂਲ ਆ ਸਾਡਾ ਲੱਗਿਆ ਹੋਇਆ ਇੱਥੇ ਇੱਕ ਕਿਸਮ ਦੀ ਇਹ ਸਕੂਲਿੰਗ ਹੋ ਰਹੀ ਹੈ ਜਿਹੜੇ ਨੌਜਵਾਨਾ ਮੁੰਡੇ ਆ ਦੇਖ ਲਓ ਆ ਅਣਦਾੜੀਏ ਮੁੰਡੇ ਨੌਜਵਾਨ ਇਹਨਾਂ ਨੂੰ ਦੇਖ ਕੇ ਅਸੀਂ ਬੜੇ ਉਤਸ਼ਾਹ ਦੇ ਵਿੱਚ ਆਏ ਇਹ ਸਾਡੇ ਮੁੰਡੇ ਇਹਨਾਂ ਨੇ ਹੀ ਵਿਗਾੜੇ ਪਹਿਲਾਂ ਇਹ ਮੁੰਡਿਆਂ ਨੂੰ ਮੰਦਿਰ ਕਹਿੰਦੇ ਸੀਗੇ ਇਹ ਮੰਦਿਰ ਹੈ ਜੀ ਫਲਾਣਾ ਜੀ ਮੰਦਿਰ ਤੇ ਆ ਖੜੀਏ ਫਿਰ ਮੋਦੀ ਦੇ ਖਿਲਾਫ ਆ ਜੀ ਡਟ ਕੇ ਖੜੀ ਹੈ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਦਾ ਨੌਜਵਾਨਾਂ ਨੂੰ ਜੇ ਇਹਨਾਂ ਨੂੰ ਮਾੜੇ ਵਿਸ਼ੇਸ਼ਣਾਂ ਨਾਲ ਇਸੇ ਸਰਕਾਰ ਨੇ ਪਹਿਲਾਂ ਨਵਾਜਿਆ ਹੈਗਾ ਕਦੇ ਇਹਨਾਂ ਨੂੰ ਨਿਸ਼ੇੜੀ ਕਹਿੰਦੇ ਸੀ ਕਦੇ ਇਹਨਾਂ ਨੂੰ ਕਹ ਮੈਂ ਉਹਨਾਂ ਕਲਾਕਾਰਾਂ ਨੂੰ ਦੋ ਕਿਸਮ ਦੀਆਂ ਇੱਥੇ ਗੱਲਾਂ ਹੋ ਗਈਆਂ ਵੀ ਗਾਇਕ ਵੀ ਦੋ ਕਿਸਮ ਦੇ ਨੇ ਇੱਕ ਲੋਕਾਂ ਦੇ ਗੀਤ ਗਾਉਣ ਵਾਲੇ ਨੇ ਲੋਕਾਂ ਦੇ ਦੁੱਖਾਂ ਦੇ ਇੱਕ ਲੋਕਾਂ ਦੇ ਲੋਕ ਵਿਰੋਧੀ ਗੀਤ ਗਾਉਣ ਵਾਲੇ ਨੇ ਤੁਹਾਡੇ ਮੀਡੀਆ 'ਚ ਵੀ ਦੋ ਕਿਸਮ ਦੇ ਲੋਕ ਤੁਰੇ ਫਿਰਦੇ ਆ ਇੱਕ ਜਿਹੜਾ ਲੋਕਾਂ ਦੇ ਸਾਹਮਣੇ ਸੱਚ ਪਰੋਸਦੇ ਆ ਤੇ ਇੱਕ ਉਹ ਨੇ ਜਿਹੜੇ ਲੋਕਾਂ ਦੇ ਸਾਹਮਣੇ ਝੂਠ ਫਰੋਸਦੇ ਆ ਸਾਰਾ ਦਿਨ ਉਹਨਾਂ ਨੂੰ ਬੁਰਕੀ ਸ਼ਾਇਦ ਉਹ ਅੰਬਾਨੀਆਂ ਤੇ ਅਡਾਨੀਆਂ ਦੇ ਘਰੋਂ ਆਂਦੀ ਹੋਏਗੀ ਤੇ ਤੁਹਾਡੇ ਵਰਗੇ ਨੂੰ ਵੀ ਅਸੀਂ ਦੇਖਦੇ ਆ ਵੀ ਇੱਥੇ ਚੱਕ ਕੇ ਲੋਕਾਂ ਦੇ ਗੁਰੂ ਦੇ ਲੰਗਰਾਂ 'ਚੋਂ ਹੀ ਤੁਸੀਂ ਆਪਦੀ ਚਾਹ ਪਾਣੀ ਪੀ ਕੇ ਤੇ ਇੱਥੇ ਲੋਕਾਂ ਦੀ ਗੱਲ ਤੁਸੀਂ ਲੋਕਾਂ ਦੇ ਇਸ ਕਰਕੇ ਇਹ ਤਾਂ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਲੋਕ ਨੇ ਇੱਕ ਲੁੱਟਣ ਵਾਲੇ ਲੋਕ ਨੇ ਇੱਕ ਲੁੱਟੇ ਜਾ ਰਹੇ ਲੋਕ ਨੇ ਅਸੀਂ ਉਹ ਲੋਕਾਂ ਜਿਹੜੇ ਲੁੱਟੇ ਜਾ ਰਹੇ ਆ ਤੇ ਅਸੀਂ ਲੁਟੇਰਿਆਂ ਦੇ ਖਿਲਾਫ ਲੜਾਂਗੇ ਖੜਾਂਗੇ ਅਸੀਂ ਭੱਜਣ ਵਾਲੇ ਨਹੀਂ ਹੈਗੇ ਮੋਦੀ ਸਰਕਾਰ ਨੇ ਫੈਸਲਾ ਕਰਨਾ ਜਿੱਦੇ ਮਰਜ਼ੀ ਫੈਸਲਾ ਕਰ ਲੈਣ ਅਸੀਂ ਉਹਨਾਂ ਦਾ ਫੈਸਲਾ ਲੈ ਕੇ ਜਾਵਾਂਗੇ ਤੇ ਪੋਜ਼ੀਟਿਵ ਫੈਸਲਾ ਲੈ ਕੇ ਜਾਵਾਂਗੇ ਨੈਗੇਟਿਵ ਫੈਸਲਾ ਅਸੀਂ ਨਹੀਂ ਲੈ ਕੇ ਜਾਣਾ ਹੈਗਾ ਇਹ ਸਨ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਕਿ ਸਾਡਾ ਇੱਕ ਹੈਗਾ ਇਹ ਸਿਰਫ ਗੋਦੀ ਮੀਡੀਆ ਜਿਹੜਾ ਭੜਕਾ ਰਿਹਾ ਹੈਗਾ ਵੀ ਇਹ ਅਲੱਗ-ਅਲੱਗ ਹੈ ਕਿਉਂਕਿ ਸਟੇਜਾਂ ਸਾਡੀਆਂ ਅਲੱਗ-ਅਲੱਗ ਰੱਖ ਕਿਉਂਕਿ ਬਹੁਤ ਲੰਮਾ ਪੈੜਾ ਹੈਗਾ ਇਸ ਕਰਕੇ ਸਟੇਜਾਂ ਅਲੱਗ-ਅਲੱਗ ਲੱਗਦੀਆਂ ਕੋਈ ਸਾਡੇ ਚ ਬਖਰੇ ਮਾਨਗਾ ਅਸੀਂ ਇੱਕ ਮੋਰਚੇ 'ਤੇ ਲੜ ਰਹੇ ਹਾਂ ਤੇ ਇੱਕੋ ਮੰਗ ਹੈ ਸਾਡੀ ਜੱਸ ਜਾਨੋ ਇਹ ਗੋਦਗੀ ਮੀਡੀਆ ਨੂੰ ਸਮਝ ਲੈਣਾ ਚਾਹੀਦਾ ਦਿੱਲੀ ਤੋਂ ਅਜੀਤ ਟੀਵੀ ਲਈ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ